ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਨਦੀਪ ਅਤੇ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਖੜ੍ਹੇ ਹਾਂ ਪਿੰਡ ਮੌੜ ਨਾਭਾ, ਅਤੇ ਇੱਥੇ ਆਪਾਂ ਇੱਕ ਸਾਰੀ ਕੋਠੀ ਤਿਆਰ ਕਰੀਏ ਅਤੇ ਆਓ ਤੁਹਾਨੂੰ ਅੰਦਰੋਂ ਕੋਠੀ ਬਾਰੇ ਦੱਸੀਏ। ਤਾਂ ਇਹ ਦੇਖ ਸਕਦੇ ਹਾਂ, ਇਹ ਲੋਬੀ ਏਰੀਆ ਆ ਗਿਆ ਅਤੇ ਲੋਬੀ ਦੇ ਵਿੱਚ ਆਪਾਂ PVC ਸ਼ੀਟਾਂ ਲਾਈਆਂ ਅਤੇ ਉੱਪਰ ਤੁਸੀਂ ਦੇਖ ਹੀ ਸਕਦੇ ਹੋ ਕਿ POP ਦਾ ਕੰਮ ਕੀਤਾ ਗਿਆ ਅਤੇ ਸਾਹਮਣੇ ਇੱਕ LCD ਵਾਲਾ ਪੈਨਲ ਬਣਾਇਆ ਗਿਆ ਅਤੇ ਜਿਹੜਾ ਹੁਣ ਤੁਹਾਨੂੰ ਡਰਾਇੰਗ ਰੂਮ ਦਿਖਾ ਰਿਹਾ ਇਹ ਸੋਫਾ ਵਾਲਾ ਕਹਿ ਸਕਦੇ ਹਾਂ ਆਪਾਂ ਇਹਨੂੰ, ਇਹ ਤਿਆਰ ਕੀਤਾ ਗਿਆ। ਅਤੇ ਆਪਾਂ ਅਗਰ ਇਹਦੇ ਸਾਈਡਾਂ 'ਤੇ ਲੂਵਰ ਲਾਏ ਨੇ ਅਤੇ ਔਰ ਵਿਚਾਲੇ ਬੂਟਿੰਗ ਦਾ ਕੰਮ ਕਰਿਆ, ਔਰ ਸੀਲਿੰਗ ਦੇਖ ਸਕਦੇ ਹੋ ਕਿ ਗੋਲਡਨ ਲਾਈਨਿੰਗ ਲਾਈ ਹੈ ਔਰ ਵਿਚਾਰੇ ਬਰਾਊਨ ਦਾ ਬਾਰਡਰ ਦਿੱਤਾ ਗਿਆ। ਔਰ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਕਿ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਜਿਹੜੀ ਰੋਸ਼ਨੀ ਹੈ ਜ਼ਿਆਦਾ ਹੋਣ ਕਾਰਨ ਆਪਾਂ ਇਹਦੇ ਵਿੱਚ ਕਿਸੇ ਵੀ ਕਲਰ ਦੇ ਫਰਨੀਚਰ ਵਗੈਰਾ ਰੱਖ ਸਕੀਏ। ਆਓ ਤੁਹਾਨੂੰ ਦੂਸਰਾ ਕਮਰਾ ਦਿਖਾਉਂਦੇ ਹਾਂ। ਅਤੇ ਇਸ ਦੇ ਵਿੱਚ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਸਨਮਾਇਕਾ ਇੱਕ ਬਹੁਤ ਪਿਆਰਾ ਕਲਰ ਯੂਜ਼ ਕੀਤਾ ਗਿਆ, ਔਰ ਉੱਪਰ ਤੁਸੀਂ ਸੀਲਿੰਗ ਦੇ ਵਿੱਚ POP ਦੇਖ ਸਕਦੇ ਹੋ, ਔਰ ਸਾਹਮਣੇ ਜੋ ਖਾਸ ਗੱਲ ਹੈ LCD ਵਾਲਾ ਪੈਨਲ ਜੋ ਕਸਟਮਰ ਦੀ ਚੋਇਸ 'ਤੇ ਬਣਾਇਆ ਗਿਆ ਤੁਸੀਂ ਉਹ ਵੀ ਦੇਖ ਸਕਦੇ ਹੋ, ਅਲਮੀਰਾ ਵੀ ਦੇਖ ਸਕਦੇ ਹੋ, ਔਰ ਜਿਹੜੇ ਬੈੱਡ ਵਗੈਰਾ ਆਪਾਂ ਤਿਆਰ ਕੀਤੇ ਆ ਜਾਂ ਇਹਦਾ ਜਿੰਨਾ ਵੀ ਕਮਰੇ ਦਾ ਡੈਕੋਰੇਸ਼ਨ ਕਰਿਆ, ਅਲਮੀਰਾ ਹੋ ਗਈ, ਅਲਮੀਰਾ ਆਪਣੇ ਵੱਲੋਂ ਤਿਆਰ ਕਰੀ ਗਈ ਆ। ਇਸ 'ਤੇ ਲਗਭਗ ਮਹੀਨਾ ਡੇਢ ਮਹੀਨੇ ਦਾ ਕੰਮ ਚੱਲਿਆ। ਅਤੇ ਆਓ ਤੁਹਾਨੂੰ ਉੱਪਰ ਵਾਲਾ ਪੋਰਸ਼ਨ ਵੀ ਦਿਖਾਈਏ। ਉੱਪਰ ਵਾਲੇ ਪੋਰਸ਼ਨ ਦੀ ਗੱਲ ਕਰੀਏ ਤਾਂ ਤੋ ਹਜੇ ਕੰਮ ਚੱਲ ਰਿਹਾ ਅਤੇ ਮੇਰੇ ਖਿਆਲ 'ਚ ਥੋੜ੍ਹੇ ਕੁ ਦਿਨਾਂ ਤੱਕ ਇਹ ਕੰਮ ਕੰਪਲੀਟ ਹੋ ਜਾਣਾ ਅਤੇ ਇਹਦੀ ਆਪਾਂ ਫੁੱਲ ਵੀਡੀਓ ਫਿਰ ਵੀ ਪਾਵਾਂਗੇ। ਅਤੇ ਆਓ ਜਿਹੜਾ ਉੱਪਰ ਵਾਲਾ ਕਮਰਾ ਗਾ ਇਹਦਾ ਜਿਹੜਾ ਬੈੱਡਰੂਮ ਆ ਉਹ ਦਿਖਾਈਏ, ਨਾਲ ਹੀ ਇਹਦੇ ਵਿੱਚ ਕਿਚਨ ਦਾ ਡਿਜ਼ਾਇਨ ਕੀਤਾ ਗਿਆ। ਔਰ ਤੁਸੀਂ ਦੇਖ ਸਕਦੇ ਹੋ ਕਿ ਛੱਤ ਉੱਪਰ ਲੂਵਰ ਲਾਏ ਗਏ ਨੇ ਔਰ ਜ਼ਿਆਦਾਤਰ ਲੱਕੜ ਦਾ ਕੰਮ ਕੀਤਾ ਗਿਆ ਬੈੱਡਰੂਮ ਦੀ ਬੈਕ 'ਤੇ। ਆਪਾਂ ਦੇਖ ਸਕਦੇ ਹਾਂ ਵੀ ਸਾਹਮਣੇ LCD ਵਾਲਾ ਪੈਨਲ ਆ, ਸਭ ਤੁਸੀਂ ਕਲਰ ਨੋਟ ਕਰਿਓ ਵੀ ਸਾਰੀ ਜਗ੍ਹਾ ਆਪਾਂ ਇਹੀ ਕਲਰ ਯੂਜ਼ ਕੀਤਾ ਗਿਆ LCD ਵਾਲੇ ਪੈਨਲ ਦੇ, ਕਿਉਂਕਿ ਇਹ ਕਸਟਮਰ ਦਾ ਫੇਵਰਟ ਕਲਰ ਸੀ। ਅਤੇ ਬਾਕੀ ਤੁਸੀਂ ਨੀਚਲੇ ਕਮਰੇ ਦੀ ਗੱਲ ਕਰੀਏ ਤਾਂ LCD ਵਾਲਾ ਪੈਨਲ ਬਣਾਇਆ ਗਿਆ, ਗ੍ਰੇ ਕਲਰ ਦਾ ਵਾਈਟ ਨਾਲ ਕੰਬੀਨੇਸ਼ਨ ਕੀਤਾ ਗਿਆ ਔਰ ਬਰਾਊਨ ਰੱਖਿਆ ਗਿਆ। ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ LCD ਪੈਨਲ ਜੋ ਕਿ ਆਪਾਂ ਨੇ ਵੱਲੋਂ ਤਿਆਰ ਕੀਤਾ ਗਿਆ। ਅਤੇ ਤੁਹਾਨੂੰ ਸਾਰਾ ਕਮਰੇ ਦੀ ਗੱਲ ਕਰੀਏ ਤਾਂ ਕਮਰੇ ਬਾਰੇ ਦੱਸੀਏ ਤਾਂ ਇਸ ਕਮਰੇ 'ਤੇ ਸਭ ਤੋਂ ਵਧੀਆ ਚੀਜ਼ ਜਿਹੜੀ ਮੈਨੂੰ ਲੱਗੀ ਇਹ LCD ਵਾਲਾ ਪੈਨਲ ਲੱਗਿਆ ਜੋ ਖੁਦ ਮੇਰੀ ਚੋਇਸ ਸੀ। ਔਰ ਇੱਧਰ ਤੁਸੀਂ ਦੇਖ ਸਕਦੇ ਹੋ ਵਲਮ ਲੱਗਣੇ ਜਿਹੜੇ ਆਪਾਂ 1-2 ਇੰਚੀ ਦੇ ਕਹਿ ਦਿੰਦੇ ਹਾਂ, 3 ਵਾਰ ਦੇ ਜਾਂ 2 ਵਾਰ ਦੇ ਜੋ ਵੀ ਆਪਾਂ ਡਿਜ਼ਾਇਨਿੰਗ ਕਲਰਫੁੱਲ ਬਲਬ ਲਾਵਾਂਗੇ। ਅਤੇ ਔਰ ਤੁਸੀਂ ਦੇਖ ਸਕਦੇ ਹੋ ਕਿ ਬੈੱਡ ਦੀ ਬੈਕ ਹਜੇ ਰੈਡੀ ਕਰਨ ਵਾਲੀ ਰਹਿੰਦੀ ਆ, ਅਤੇ ਤੁਸੀਂ ਸਾਈਡ 'ਤੇ ਉੱਤੇ ਬਰਾਊਨ PVC ਲੱਗੀ ਹੋਈ ਆ। ਔਰ ਤੁਸੀਂ ਦੇਖ ਰਹੇ ਹੋ ਕਿ ਜ਼ਿਆਦਾਤਰ ਆਪਾਂ ਡਾਰਕ ਦਾ ਹੀ ਪ੍ਰਯੋਗ ਕੀਤਾ ਗਿਆ ਇੱਥੇ। ਅਤੇ ਅਗਰ ਆਪਾਂ ਗੱਲ ਕਰੀਏ ਜਿਹਨੂੰ ਆਪਾਂ ਕੱਪਬੋਰਡ ਕਹਿ ਦਿੰਦੇ ਹਾਂ, ਤਾਂ ਕੱਪਬੋਰਡ ਤੁਸੀਂ ਦੇਖ ਸਕਦੇ ਗ੍ਰੇ ਔਰ ਵੁਡਨ ਦਾ ਕੰਬੀਨੇਸ਼ਨ ਰੱਖਿਆ ਗਿਆ। ਔਰ ਤੁਸੀਂ ਦੇਖੋ ਵੀ ਕਿੰਨਾ ਪਿਆਰਾ ਕਲਰ ਲੱਗ ਰਿਹਾ। ਅਤੇ ਇੱਦਾਂ ਦਾ ਹੀ ਕਲਰ ਹਮੇਸ਼ਾ ਸੀਲਿੰਗ ਨਾਲ ਮੈਚ ਕਰਦਾ ਹੁੰਦਾ। ਸੀਲਿੰਗ ਦੇ ਵਿੱਚ ਲਾਈਟਾਂ ਤੁਸੀਂ 4 ਦੇਖ ਸਕਦੇ ਹੋ। ਅਤੇ ਉੱਪਰ ਤੁਸੀਂ ਦੇਖੋ ਵੀ ਆਪਾਂ ਇੱਕ ਮਿੰਟ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ, ਜਿਹੜਾ ਤੁਸੀਂ ਮਿਰਰ ਦੇਖ ਰਹੇ ਹੋ ਇਹ ਮਿਰਰ ਵੈਸੇ ਤਾਂ ਆਪਣੇ ਵਸਤੂ ਦਸਤਰ ਅਨੁਸਾਰ ਆਪਾਂ ਕਮਰੇ ਦੇ ਵਿੱਚ ਨਹੀਂ ਲਾ ਸਕਦੇ, ਪਰ ਇੱਥੇ ਆਪਾਂ ਕਸਟਮਰ ਦੀ ਡਿਮਾਂਡ 'ਤੇ ਲਾਇਆ। ਸੋ ਆਪਣਾ ਕੰਮ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਜ਼ਰੂਰ ਕਰਿਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।